14 ਸਾਲਾਂ ਦੇ ਨੇ ਗੋਡ ਫਾਦਰ ਸੀ ਦੇਖ ਲਈ ਰੱਖੀ ਨਹੀਂ ਉਹ ਇੱਕ ਅੱਖ ਉਦੋਂ ਤੋਂ ਹਰੇਕ ਲਈ ਜ਼ਿੰਦਾਬਾਦ ਯਾਰੀਆਂ ਦਾ ਨਾਰਾ ਲਗਾਉਣ ਵਾਲੇ ਵਰਸਟਾਈਲ ਐਕਟਰ ਤੇ ਬੇਮਿਸਾਲ ਸਿੰਗਰ ਐਮੀ ਵਿਰਕ ਆਉਣ ਵਾਲੀ 15 ਨਵੰਬਰ ਨੂੰ ਡਬਲ ਕ੍ਰਾਸ ਕਰਨਗੇ ਲੇਕਿਨ ਕਿਸ ਨੂੰ ਇਹ ਤਾਂ ਪਤਾ ਚੱਲੇਗਾ ਐਮੀ ਦੇ ਅਪਕਮਿੰਗ ਸੌਂਗ ਵਿੱਚ ਜਿੰਨਾ ਨਾਲ ਬੈਠਦੇ ਆ ਬੱਲਿਆ ਵੈਲ ਤੁਹਾਨੂੰ ਦੱਸ ਦਈਏ ਕਿ ਐਮੀ ਦੇ ਨੈਕਸਟ ਸੌਂਗ ਡਬਲ ਕ੍ਰੋਸ ਨੂੰ ਲਿਖਿਆ ਹੈ ਹੈਪੀ ਰਾਇਕੋਟੀ ਨੇ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ ਨੇ ਤੇ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਸੁਖ ਸੰਘੇੜਾ ਨੇ ਬੈਕਗ੍ਰਾਉਂਡ ਗਾਣੇ ਤੋਂ ਬਾਅਦ ਅਗਰ ਤੁਸੀਂ ਵੀ ਐਮੀ ਦੇ ਇਸ ਨੈਕਸਟ ਸੌਂਗ ਨੂੰ ਲੈ ਕੇ ਐਕਸਾਈਟਿਡ ਹੋ ਤਾਂ ਤੁਹਾਨੂੰ ਸਿਰਫ 15 ਨਵੰਬਰ ਤੱਕ ਦਾ ਹੋਰ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਉਸ ਦਿਨ ਇਹ ਗਾਣਾ ਰਿਲੀਜ਼ ਕਰ ਦਿੱਤਾ ਜਾਏਗਾ।